वाहेगुरु जी सतनाम गुरु गरी बनवा कबीर संत मोहे क्या रोइए संत मोहे क्या रोइए जो अपना ग्रह जाए रोग साखत बापरे रोग साखत बापरे जो गाता गात बकाए श्री नानक अंगत गुरु अमरदास पहबंद रामदास अर्जन गुरु श्री गुरु हर गोबिंद श्री रायगढ़ कृष्ण गुर तेग बहादुर चंद श्री गुरु दसवें पातशाह श्री गुरु गोबिंद सिंह तांग लगी बिंद बिंद बार दे जंद जंद बेख ला दीदार में श्री गुरु गोबिंद सिंह तांग लगी बिंद बिंद बार दे जंद जंद बेख ला दीदार में दीद ने बिछाई करा मन तन बेच मरा दीद ने बिछाई करा मन तन बेच मरा शरदा मौज जीव मरा जामा बलिहार मैं श्री रायगढ़ कृष्ण गुर तेग बहादुर चंद श्री गुरु दसवें पातशाह बोलियां ना मारो लोको प्यारे जी का नाम लेके बोलियां ना मारो लोको प्यारे जी का नाम लेके दसो होर कौन हैगा दशमेश या जहान बिच मान बिच तान बिच ज्ञान बिच ध्यान बिच दीन अते दान बिच धर्म कमाउण बिच जुलम मिटाउण बिच दुखड़े अठाउण बिच सुख नवाउण बिच बलिया विचों बली पूरा योद्या विचों योद्या सूरा बलिया विचों बली पूरा योद्या विचों योद्या सूरा कविया विचों कवि अते गुरु है ज्ञान बिच ओ मरन मोनी डरदे जेड़े मौत दे दीवाने
संगियो सुभागियां घड़ियां साहिब श्री गुरु ग्रंथ साहिब जी पातशाह दी हजूरी विच बैठण दीआं प्राप्त होईआं। महापुरखां दी याद नूं ताजा करन वास्ते तीन बंदे नीती आलिआं ने जिउंदे मन्ने आ, एक तां भगत, एक दानी ते इक सूरमा। ਇਹ ਤਿੰਨ ਬੰਦੇ ਜਿਉਂਦੇ ਮੰਨੇ ਆ। ਸੰਤਾਂ ਦੀ ਖਾਤਰ ਤਾਂ ਆਉਂਦਾ ਵੀ ਜਨਮ ਮਰਨ ਦੋਹੂ ਮੈਂ ਨਾ ਕੀ, ਤੇ ਸੂਰਮੇ ਦੀ ਖਾਤਰ ਆਉਂਦਾ ਵੀ ਉਹਦੇ ਸਿਰ ਦੇ ਉੱਤੇ ਮੌਤ ਦਾ ਖੱਪੜ ਖੱਪੜ ਬੰਨਿਆ ਹੁੰਦਾ। ਜਿਹੜੇ ਬੰਦੇ ਦੇ ਸਿਰ ਤੇ ਮੌਤ ਦਾ ਖੱਪੜ ਬੰਨਿਆ ਉਹ ਅੱਠੋ ਪੈਰ ਕੀ ਕਹਿੰਦਾ? ਉਹ ਕਹਿੰਦਾ ਮਰਨੇ ਤੇ ਕਿਆ ਡਰਪਣਾ, ਉਹਨੂੰ ਮੌਤ ਦਾ ਡਰ ਨਹੀਂ ਰਹਿੰਦਾ ਜਿਹਦੇ ਸਿਰ ਤੇ ਮੌਤ ਦਾ ਖੱਪੜ ਬੰਨਿਆ। ਜਿਹੜਾ ਬੰਦਾ ਮਰਨ ਤੋਂ ਡਰਦਾ ਨਾ ਉਹ ਸੰਤ ਬਣ ਸਕਦਾ, ਨਾ ਦਾਨੀ ਬਣ ਸਕਦਾ, ਨਾ ਸੂਰਮਾ ਬਣ ਸਕਦਾ। ਦਾਨੀ ਬਣਨਾ ਹੋਵੇ ਉਹਨੂੰ ਇਹਦਾ ਵੀ ਕਹਿੰਦੇ, ਐਵੇਂ ਲੱਖ ਦੋ ਲੱਖ ਰੁਪਈਆ ਗੁਰਦੁਆਰੇ ਤੇ ਲਾ ਦੇਵੇ ਤੇ ਕਹੇ ਐਵੇਂ ਕਰੋ ਮੇਰਾ ਪੱਥਰ ਲਾ ਦਿਓ, ਦਾਨੀ ਨੀ ਇਹ ਵਡਿਆਈ ਦੇ ਭੁੱਖੇ ਲੋ। ਜੇ ਦਾਨੀ ਬਣਨਾ ਹੋਵੇ ਨਾ ਤੇ ਹਰੀਚੰਦ ਰਾਜੇ ਵਰਗਾ ਦਾਨੀ ਬਣੇ, ਬਾਣੀ ਦੀ ਪੰਕਤੀ ਹਰੀਚੰਦ ਪਰ ਤੁਮੀ ਪਤ ਰਾਜਾ। ਜੇ ਦਾਨੀ ਬਣਨਾ ਹੋਵੇ ਨਾ ਹਰੀਚੰਦ ਰਾਜੇ ਵਰਗਾ ਦਾਨੀ, ਤੇ ਸੰਤ ਬਣਨਾ ਹੋਵੇ ਧਰੂਮ ਤੇ ਪ੍ਰਹਲਾਦ ਵਰਗਾ ਬਣੇ। ਜੇ ਸੰਤ ਬਣਨਾ ਹੋਵੇ ਧਰੂਮ ਤੇ ਪ੍ਰਹਲਾਦ ਵਰਗਾ, ਧਰੂਮ 5 ਸਾਲ ਦਾ ਸੀ ਜਦੋਂ ਭਗਤੀ ਕੀਤੀ, ਪ੍ਰਹਲਾਦ 7 ਸਾਲ ਦਾ ਸੀ। ਮੇਰਾ ਕਹਿਣ ਦਾ ਮਤਲਬ ਹੈ ਸੂਰਮਾ ਕਿਸੇ ਦਾ ਸਿਰ ਹੋਣਾ, ਨਿਗਾਹ ਮਾਰ ਕੇ ਵੇਖੋ। ਆਪਾਂ ਪੰਗਤੀਆਂ ਪੜ੍ਹੀਆਂ, ਕਬੀਰ ਜਿਸ ਮਰਨੇ ਤੇ ਜੱਗ ਡਰੈ। ਭਾਈ ਨੰਦ ਲਾਲ 10ਵੇਂ ਪਾਤਸ਼ਾਹ ਨੂੰ ਕਹਿੰਦਾ, ਕਹਿੰਦਾ ਮਹਾਰਾਜ ਜੀ, ਕਹਿੰਦੇ ਕੀ ਗੱਲ ਹੈ? ਕਹਿੰਦਾ ਇਉਂ ਚਿੱਤ ਕਰਦਾ ਸਰੀਰ ਟੁਕੜੇ ਟੁਕੜੇ ਕਰਕੇ ਤੁਹਾਡੇ ਤੋਂ ਵੀ ਵਾਰਦਾ। ਇਹਨੂੰ ਕਹਿੰਦੇ ਕਬੀਰ ਜਿਸ ਮਰਨੇ ਤੇ ਜੱਗ ਡਰੈ। ਭਾਈ ਨੰਦ ਲਾਲ 10ਵੇਂ ਪਾਤਸ਼ਾਹ ਨੂੰ ਕਹਿੰਦਾ ਮਹਾਰਾਜ ਜੀ, ਇਉਂ ਚਿੱਤ ਕਰਦਾ ਵੀ ਸਰੀਰ ਭੋਰਾ ਭੋਰਾ ਕਰਕੇ ਤੇ ਤੁਹਾਡੇ ਉੱਤੇ ਉਹਦੀ ਵਾਰ ਦੇਵੇ। ਮਹਾਰਾਜ ਪੁੱਛਦੇ ਨੰਦ ਲਾਲ ਕੀ ਕਹਿੰਦਾ? ਕਹਿੰਦਾ ਮਹਾਰਾਜ ਜੀ, ਸਰੀਰ ਟੁਕੜੇ ਟੁਕੜੇ ਹੋਇਆ ਪਿਆ ਹੋਵੇ ਤੇ ਤੁਸੀਂ ਤੁਰੇ ਜਾਂਦੇ ਨਾ ਕਿਰਪਾ ਕਟਾਕ। ਕਟਾਕ ਦਾ ਮਤਲਬ ਹੈ ਕਿਸੇ ਵਿੱਚ ਗੌਲਣਾ, ਝਾਕਣਾ, ਫਲਾਨਾ। ਕਹਿੰਦਾ ਸੱਚੇ ਪਾਤਸ਼ਾਹ, ਸਰੀਰ ਟੁਕੜੇ ਟੁਕੜੇ ਹੋਵੇ ਤੇ ਤੁਸੀਂ ਗੌਰਨਾ ਝਾਕ ਕੋ, ਫਿਰ ਸਣੇ ਦੇਈ ਸੱਚਖੰਡ ਨੂੰ ਚਲੇ ਜਾਵਾਂਗੇ। ਕਬੀਰ ਮੋਹੇ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੇ ਦੁਆਰ, ਮਤ ਹਰ ਪੁੱਛਿਆ ਕੌਣ ਹੈ ਪਰ, ਆਏ ਪੁੱਛ ਲਵੋ ਆਨੰਦ ਲੱਗ ਕੇ। ਅਫਲਾਨਾ ਪਿਆ ਮਹਾਰਾਜ ਜੀ, ਸਣੇ ਦੇਈ ਸੱਚਖੰਡ ਨੂੰ ਚਲੇ ਜਾਵਾਂਗੇ। ਕਿਹੇ ਜਾ ਸੀਨ ਹੋਣਾ ਚਮਕੌਰ ਦੀ ਗੜੀ ਦਾ? ਚਮਕੌਰ ਦੀ ਗੜੀ ਦੇ ਵਿੱਚ 10ਵੇਂ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦੇ ਨੇਤਰਾਂ ਦੇ ਸਾਹਮਣੇ ਸ਼ਹੀਦ ਹੋ ਗਏ। 5 ਪਿਆਰਿਆਂ ਚੋਂ 3 ਪਿਆਰੇ ਸ਼ਹੀਦ ਹੋ ਗਏ, ਪ੍ਰਾਣਾਂ ਤੋਂ ਪਿਆਰੇ ਸਿੱਧ ਸ਼ਹੀਦ ਹੋ ਗਏ, ਜਿਨ੍ਹਾਂ ਨੂੰ 10ਵੇਂ ਪਾਤਸ਼ਾਹ ਕਿਹਾ ਕਰਦੇ ਖਾਲਸਾ ਮੇਰੀ ਜਾਨ ਕੀ ਜਾਨ। ਅੱਖਾਂ ਦੇ ਸਾਹਮਣੇ ਭਾਈ ਮਗਨ ਸਿੰਘ ਰਵਿਦਾਸ ਜੀ ਵਰਗੇ ਸ਼ਹੀਦ ਹੋ ਜਾਣੇ, ਭਾਈ ਕੋਠਾ ਸਿੰਘ ਮਜਬੀ ਸਿੰਘ ਵਰਗੇ ਸ਼ਹੀਦ ਹੋ ਜਾਣੇ ਨੇਤਰਾਂ ਦੇ ਸਾਹਮਣੇ। 5 ਪਿਆਰਿਆਂ ਚੋਂ 3 ਪਿਆਰੇ ਸ਼ਹੀਦ ਹੋ ਜਾਣੇ ਵੱਡੇ ਸਾਹਿਬਜ਼ਾਦੇ ਪੁੱਤਾਂ ਵਾਲਿਓ, ਜਗਤ ਦਾ ਪੁੱਤ ਮੇਵਾ ਹੁੰਦੇ ਮਾਪਿਆਂ ਦੀ ਜਿੰਦ ਜਾਨ ਪੁੱਤਰ, ਪੁੱਤ ਚੇਤੇ ਆਇਆ ਤੇ ਪੜਿਆ ਕਰਦੇ ਗੱਜ ਵੱਜ ਕੇ ਬੋਲਿਓ। ਓੜ ਕੇ ਰੋਂਦੀਆਂ ਮਾਵਾਂ ਜਿਨ੍ਹਾਂ ਦੇ ਪੁੱਤ ਤੁਰ ਗਏ ਦੁਨੀਆਂ।
ਕਿਆ ਰੋਵਾ ਹੰਸ ਅਕੇਲਾ ਕਿੱਡਾ ਵੱਡਾ ਦੁੱਖ ਹੈ ਅਬਰਾ ਈਮ ਪਕੰਬਰ ਇਸਲਾਮ ਧਰਮ ਦੇ ਵਿੱਚ ਮੰਨਿਆ ਗਿਆ ਅਬਰਾਹੀਮ ਪਕੰਬਰ ਨਾ ਇਸਲਾਮ ਧਰਮ ਦੇ ਵਿੱਚ ਮੰਨਿਆ ਗਿਆ ਪਰ ਕਿਹੋ ਜਿਹਾ ਸੀਨ ਹੋਣਾ ਉਹ ਤੋਂ ਪੁੱਤ ਦੀ ਬਲੀ ਨਹੀਂ ਦਿੱਤੀ ਗਈ ਆ ਬਕਰੀ ਦੀ ਚੱਲਦੀ ਆ ਬੱਕਰੇ ਵੱਢ ਗਿਆ ਨਾ ਤੇ ਬੱਕਰੀ ਦੀ ਚੱਲਦੀ ਆ ਅਬਰਾਹੀਮ ਪਕੰਬਰ ਤੋਂ ਪੁੱਤ ਦੀ ਬਲੀ ਨਹੀਂ ਦਿੱਤੀ ਗਈ ਦਸ਼ਰਤ ਨੇ ਪੁੱਤਾਂ ਨੂੰ ਜੰਗ ਚ ਨਹੀਂ ਸੀ ਤੋਰਿਆ ਬਣੋਵਾਸੀ ਦਿੱਤਾ ਸੀ ਪਰ ਜਦੋਂ ਪੁੱਤ ਦਿਸਣੋਂ ਹਟ ਗਏ ਦਸ਼ਰਤ ਤੋਂ ਮੁੜ ਕੇ ਮੰਜੇ ਤੋਂ ਨਹੀਂ ਉੱਠਿਆ ਕਿੰਨਾ ਵੱਡਾ ਦੁੱਖ ਆ ਪੁੱਤ ਦਾ ਮੋਹਨ ਭਗ ਰਾਜੇ ਨੇ ਪੁੱਤ ਨੂੰ ਕਤਲ ਤਾਂ ਕੀਤਾ ਤੇ ਜਦੋਂ ਸੰਤਾਂ ਨੇ ਕਿਹਾ ਸੰਤਾਂ ਨੂੰ ਸਿਰ ਰੱਖਿਆ ਸੀ ਤੇ ਉਹਨਾਂ ਨੇ ਇੱਕ ਪੇਪਰ ਪਾਉਂਦਾ ਜਿੱਡਾ ਵੱਡਾ ਸਿੱਖ ਹੋਵੇ ਗੁਰੂ ਓਡਾ ਵੱਡਾ ਹੀ ਪੇਪਰ ਜਗ੍ਹਾ ਚ ਜੀਰੋ ਬੰਦੇ ਆ ਨਾ ਬਾਪਾ ਨੀ ਜਪਦੇ ਕੋਈ ਪਰਉਪਕਾਰ ਆਪਣਾ ਨੀ ਜ਼ਿੰਦਗੀ ਆਪਣੀ ਨੀ ਤੇ ਆਪਾਂ ਬੰਦੇ ਕਹਿੰਦੇ ਆ ਇਹ ਜ਼ਰੂਰ ਹੈ ਸਾਡੇ ਲਿਬਾਸ ਪਾਇਆ ਗਿਆ ਲਿਬਾਸ ਨਾਲ ਸੰਤ ਥੋੜਾ ਬਣਦਾ ਹੁੰਦਾ ਸੰਤ ਤਾਂ ਉਹਨੂੰ ਕਹਿੰਦੇ ਜਿਹੜਾ ਧਰਮ ਦਾ ਥੰਮ ਬਣ ਜਾ ਸੰਤ ਉਹਨੂੰ ਕਿਹਾ ਜਾਂਦਾ ਜਿਹੜਾ ਧਰਮ ਦਾ ਥੰਮ ਹੋਵੇ ਮੇਰਾ ਕਹਿਣ ਦਾ ਮਤਲਬ ਲੈ ਕਿਹੋ ਜਿਹਾ ਸੀਨ ਹੋਣਾ ਕਿੱਡਾ ਪੁੱਤਾਂ ਦਾ ਦੁੱਖ ਹੋਣਾ ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਵੱਡੇ ਸਾਹਿਬਜ਼ਾਦੇ ਨੇਤਰਾਂ ਦੇ ਸਾਹਮਣੇ ਸ਼ਹੀਦ ਪੰਜਾਂ ਪਿਆਰਿਆਂ ਚੋਂ ਤਿੰਨ ਪਿਆਰੇ ਸ਼ਹੀਦ ਪ੍ਰਾਣਾਂ ਤੋਂ ਪਿਆਰੇ ਸਿੱਖ ਸ਼ਹੀਦ ਸ਼ਾਮ ਪੈ ਗਈ ਦਿਨ ਛੱਪ ਗਿਆ ਹਨੇਰਾ ਹੋ ਗਿਆ ਪੰਜ ਸਿੰਘ ਰਹਿ ਗਏ ਭਾਈ ਦਿਆਲ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਭਾਈ ਸੰਤ ਸਿੰਘ ਜੀ ਭਾਈ ਸੰਤ ਸਿੰਘ ਜੀ ਪੰਜ ਸਿੰਘ ਰਹਿ ਗਏ ਹਨੇਰਾ ਹੋਇਆ ਪਿਆ ਕਿੱਡੇ ਕਹਿਰ ਦੇ ਦਿਨ ਹੋਣੇ ਪ੍ਰਾਦਰ ਸਭੇ ਚ ਨਾ ਜਦੋਂ ਪੋਹ ਦੀ ਸੰਗਰਾਮ ਦਾ ਦਿਨ ਚੱਲ ਦਿਨ ਆਉਣਾ ਸਰਹੰਦ ਦੇ ਇਲਾਕੇ ਚ ਨਾ ਲੋਕ ਮੰਜਿਆਂ ਤੋਂ ਪਹਿਲੇ ਹਟ ਗਏ ਮੰਜਿਆਂ ਤੋਂ ਨਹੀਂ ਸੀ ਪਹਿਲੇ ਕਹਿੰਦੇ ਵੀ ਕੀ ਗੱਲ ਕਹਿੰਦੇ ਦੱਸ ਮੈਂ ਪਾਤਸ਼ਾਹ ਨੇ ਛੇ ਤੇ ਸੱਤ ਪੋਹ ਦੀ ਰਾਤ ਨੂੰ ਆਨੰਦਪੁਰ ਸਾਹਿਬ ਛੱਡਿਆ ਇਹ ਕਹਿਰ ਦੇ ਦਿਨ ਆ ਮੰਜਿਆਂ ਤੇ ਪੈਣ ਦੇ ਦਿਨ ਨਹੀਂ ਹੁਣ ਤਾਂ ਸਿੱਖਾਂ ਨੂੰ ਚੇਤੇ ਨਹੀਂ ਉਹ ਤਾਂ ਵਿਆਹ ਕਰੀ ਜਾਂਦੇ ਨੇ ਹੁਣ ਤਾਂ ਲੋਕਾਂ ਨੂੰ ਦਸਵੇਂ ਪਾਤਸ਼ਾਹ ਖਿਆਲ ਨਹੀਂ ਵੀ ਦਸਵੇਂ ਪਾਤਸ਼ਾਹ ਕਹੇ ਜਾਣ ਅਜੇ ਵੀ ਲੋਕ ਮੰਜਿਆਂ ਤੇ ਨਹੀਂ ਪੈਂਦੇ ਸਰਹੰਦ ਦੇ ਇਲਾਕੇ ਚ ਕਹਿਣੀ ਕੋਈ ਕਹਿਰ ਦੇ ਦਿਨ ਇਹ ਕਿਹੋ ਜਿਹੀਆਂ ਦੁੱਖਾਂ ਦੀਆਂ ਘੜੀਆਂ ਪਾਉਂਦੀਆਂ ਕਿੱਡੇ ਕਿੱਡੇ ਦੁੱਖਾਂ ਦੇ ਪਹਾੜ ਡਿੱਗ ਪਏ ਹੋਏ ਆ ਭਾਵੀ ਕਿਸੇ ਨੂੰ ਜਗਾ ਕੇ ਨਹੀਂ ਮਾਰਦੀ ਭਾਵੀ ਪਰਬਲ ਵਰਤ ਕਰੇ ਦੀ ਜਨਮੇਜੇ ਨੂੰ ਪਤਾ ਲੱਗ ਗਿਆ ਸੀ ਭਾਵੀ ਨੇ ਵਰਤਣਾ ਸੀ ਪਰ ਫੇਰ ਬਣੀ ਟਲੀ ਜਨਮੇਜੇ ਨੂੰ ਪਤਾ ਲੱਗ ਗਿਆ ਸੀ ਵੀ ਭਾਵੀ ਵਰਤਣੀ ਹੈ ਪਰ ਫੇਰ ਵੀ ਭਾਵੀ ਟਲੀ ਨਹੀਂ ਮੌਤ ਕਿਸੇ ਨੂੰ ਜਗਾਉਂਦੀ ਨਹੀਂ ਵੀ ਤੈਨੂੰ ਮੈਂ ਮਾਰਨਾ ਮੇਰਾ ਮਤਲਬ ਹੈ ਕਿਹੋ ਜਿਹਾ ਸੀਨ ਹੋਣਾ ਦਿਲ ਛਪਿਆ ਭਾਈ ਦਿਓ ਸਿੰਘ ਜੀ ਭਾਈ ਧਰਮ ਸਿੰਘ ਜੀ ਪੁੱਛਦੇ ਮਹਾਰਾਜ ਜਿਹੜਾ ਕੱਲ ਨੂੰ ਦਿਨ ਚੜੂ ਕਿਹੋ ਜਿਹਾ ਚੜੂਗਾ ਪੰਜ ਸਿੰਘ ਨਾਲ ਹਨ ਜਿਹੜਾ ਦਸਵੇਂ ਪਾਤਸ਼ਾਹ ਢਾਈ ਢਾਈ ਲੱਖ ਦੇ ਤੰਬੂ ਤੋਂ ਥੱਲੇ ਬੈਠਿਆ ਕਰਦਾ ਦਸਵੇਂ ਪਾਤਸ਼ਾਹ ਮੁੰਮਾ ਕੀ ਥੋੜਾ ਸੀ ਆ ਜਿਹੜੇ ਪ੍ਰਚਾਰ ਗਿਆ ਸਾਡੇ ਕਰਦੇ ਆ ਨਾ ਇਹ ਆਏ ਸਮਝ ਆਏ ਗੱਲਾਂ ਕਰਨਗੇ ਜਿਵੇਂ ਦਸਵੇਂ ਪਾਤਸ਼ਾਹ ਇਹਨਾਂ ਵਰਗਾ ਹੁੰਦਾ ਦਸਵੇਂ ਪਾਤਸ਼ਾਹ ਦੀ ਤਾਂ ਅਸੀਂ ਕਈ ਜਨਮ ਲੈ ਕੇ ਭਗਤੀ ਕਰੀ ਜਾਈਏ ਦਸਵੇਂ ਪਾਤਸ਼ਾਹ ਦੇ ਤਾਂ ਚਰਨਾਂ ਦੀ ਮਿੱਟੀ ਵਰਗੇ ਬਣੀ ਅਸੀਂ ਬਣ ਸਕਦੇ ਆ ਜਿਹੜੇ ਪ੍ਰਚਾਰਕ ਆਏ ਜਾਣਗੇ ਗੁਰੂ ਨਾਨਕ ਕਿਹਨਾਂ ਵਰਗਾ ਹੀ ਹੁੰਦਾ ਉਹ ਮੈਂ ਆ ਨਾ ਕਮਾਲ ਆ ਗੁਰੂ ਨਾਨਕ ਦੇ ਤਾਂ ਅਸੀਂ ਚਰਨਾਂ ਦੀ ਦਸਵੇਂ ਪਾਤਸ਼ਾਹ ਉਹ ਰੱਬ ਅਸੀਂ ਇੱਥੇ ਜ਼ਿੰਦਗੀ ਦੇ ਗੁਥਲੇ ਅਸੀਂ ਇੱਥੇ ਜ਼ਿੰਦਗੀ ਦੇ ਗੁਥਲੇ ਤੇ ਆਪਦੇ ਸਰੀਰ ਜਿਹੜਾ ਉਹਨਾਂ ਦੇ ਨਾਲ ਹੀ ਰਲਾ ਦਿੰਦੇ ਹਾਂ ਕੋਈ ਪੰਜਾਂ ਪਿਆਰਾਂ ਦੇ ਨਾਲ ਰਲਾ ਦੂਗਾ ਮੈਨੂੰ ਉਹ ਦੱਸੋ ਵੀ ਪੰਜਾਂ ਪਿਆਰਾਂ ਵਰਗਾ ਕਿਹੜਾ ਬਣ ਜਾ ਜਿਹੜਾ ਕਹੇ ਮਹਾਰਾਜ ਜੀ ਸਰ ਲਹੂ ਕੀ ਤੂੰਬੜੀ ਹਰ ਹੀਰਿਆਂ ਕੀ ਖਾਣ ਜੇ ਸਰ ਦਿੱਤੇ ਹਰ ਵੇਲੇ ਪਾਵੀ ਸਸਤਾ ਮੇਰਾ ਕਹਿਣ ਦਾ ਮਤਲਬ ਕਿਹੋ ਜਿਹਾ ਸੀਨ ਹੋਣਾ ਭਾਈ ਦਿਆਲ ਸਿੰਘ ਜੀ ਭਾਈ ਧਰਮ ਸਿੰਘ ਜੀ ਮਹਾਰਾਜ ਦਿਨ ਕੱਲ੍ਹ ਦਾ ਦਿਨ ਦਸਵੇਂ ਪਾਤਸ਼ਾਹ ਕਹਿੰਦੇ ਭਾਈ ਦਿਆਲ ਸਿੰਘ ਜੀ ਭਾਈ ਧਰਮ ਸਿੰਘ ਜੀ ਹਾਂ ਮਹਾਰਾਜ ਕਹਿੰਦੇ ਸ਼ਤਰ ਸੁਭਾ ਤਖੀਰ ਪਵਿੱਤਰ ਕੱਲ ਨੂੰ ਕਹਿੰਦੇ ਮੈਦਾਨੇ ਜੰਗ ਦੇ ਵਿੱਚ ਗੋਬਿੰਦ ਸਿੰਘ ਜਾਊਗਾ ਮੈਦਾਨੇ ਜੰਗ ਦੇ ਵਿੱਚ ਨਾ ਗੋਬਿੰਦ ਸਿੰਘ ਜਾਊਗਾ ਮਹਾਰਾਜ ਫੇਰ ਉਹ ਕਹਿੰਦੇ ਮੇਰਾ ਚਿੱਤ ਕਰਦਾ ਮੈਂ ਕਿਸੇ ਸ਼ਾਸਤਰ ਨਾਲ ਸ਼ਹੀਦ ਹੋ ਜਾ ਕਿਤੇ ਆਉਣਾ ਹੋਵੇ ਬਈ ਕਿਸੇ ਹੋਰ ਤਰ੍ਹਾਂ ਦਾ ਸਰੀਰ ਛੱਡ ਜਾ ਇੰਨੀ ਗੱਲ ਕਹੀ ਤੇ ਸਿੰਘਾਂ ਦੇ ਨੇਤਰ ਫਤਰ ਹੋ ਗਏ ਸੱਚੇ ਪਾਤਸ਼ਾਹ ਕੁਝ ਨਿਆਰੀ ਗਾਣਾ ਸਭ ਤੋਂ ਪਿਆਰੇ ਨਾਮ
सच्चे पातशाह हाँ रह ना सका बिन देखे प्रीतम में नीर वह बहे चला जी कि बड़ा दुख होता बिछोड़ेगा मौत नालों भी भैन है आ महापुरखा की याद ना पताजा कर दिया भगत कबीर जी कहते कबीर बिरहो पचंग मन बसा मन तो मन ना कोय राम जोगी ना जिया जिया तो बोरा कहते जे किसी सप डस दे तो गाबड़ू राजी कर दू जे किसी सप लग जाए ओनू गाबड़ू राजी कर दिता तो जे किसी बछोड़े का दुख लग जाए ना अब्बल तो ज्यौदा नहीं रहा तो नहीं कमलिया वाली हालत हो जाती एक सीन होना सिंह कहते महाराज जी जे किसी शहीद हो गए ना तो इं दसो भी पंथ का की बनेगा आम आप कहते भी हजे तो पंथ रुड़ता मत अपना छोटी उम्र है सच्चे पातशाह तुम चमकौर की गढ़ी चो निकलो चमकौर की गढ़ी चो निकल का जो समा बनिया ना तो दसवें पातशाह झाके जिदे तड़के शरीर टुकड़े टुकड़े होना यह कहते कबीर जस मरने जगड़ा दसवें पातशाह कि झाक दे भाई संत सिंह बनी जिन्हों क्या भी शरीर टुकड़े टुकड़े होना तड़के जो कह रहे भी तड़के शरीर टुकड़े टुकड़े होना है तो अगो कहते सच्चे पातशाह आ जे शरीर थोड़े लेख च लग जाए कोई एदू भी भागा वाला हो महाराज आलमगीर बैठे आलमगीर कनेच के फते नंबरदार ने घोड़ी मंग भी ना दिखी दसवें पातशाह कनेच के ना फते नंबरदार ने घोड़ी मंग भी ना दिखी नाले घोड़ी ने सप लड़िया नाले फते नंबरदार ने सप लड़िया इन्हू कहते बेमुख होया राम ते गुरु तो बेमुख हो गया महाराज बैठे आलमगीर तो दसवें पातशाह के नाल तीन सिंह के दो मुसलमान भाई दयाल सिंह जी भाई धर्म सिंह जी भाई मान सिंह जी गली खां ते नबी खां दो मुसलमान तीन सिंह दसवें पातशाह दे नाल भाई मणि सिंह का भरा भाई मंगाइया लंघन लग्या जो लंघन लग्या तो महाराज पड़ गए तो बैठे उन्हें आणके नमस्कार की कहना महाराज की गल पल गए कहते घोड़ा नहीं जो कहना भी घोड़ा नहीं कहना महाराज कृपा करो मेरे को घोड़ा कवायत घोड़ा थोड़े चढ़ने वाला जो कहना भी थोड़े चढ़ने वाला उन्हों दिन च पिंड भोए आए भोआ पता किन समझते हैं चौकीदार का तो होंगे होता भोआ होंगे सरकारी भोआ कहते सरकारी सरकारी हुक्म है वह की करते हैं ढोल बजा करना ढोल बजा करना ढोलची ने तो लोगों हुक्म सी भी गलिया च बाहर निकलो हम वर्गे तो साधु सी उदो साधु हो ढोल भोआ आता ढोल बजता है लोग गलिया च निकलते बाहर तो ढोल बजाने वाला कहता सुनो सुनो लोग कन्न करते बादशाह का हुक्म है वजीदे का हुक्म है वो जो उन्हें कहना ना सुनो उन्हें फिर ढोल ढोल बजाने वाले ने कहना जोड़ा दस रहा पातशाह पढ़ा तो वह बच्चा बच्चा मार देंगे पढ़ा सुनो फिर कि कहते हैं पढ़ा का मतला जोड़ा दसवें पातशाह पाने भी पूछो तो जवाक मार दें इन पढ़ा कहते हैं जोड़ा दसवें पातशाह पिंड च मारूंगा जोड़ा दसवें पातशाह घरे में रखूंगा अजू गुलाबा तो पंजाबा डरे मसंद सी कुछ कर दे डरदे घरों तोड़ को तैयार हो गली खां तो नवी खां मुसलमान रवाजा पढ़ने वाले कहते साढ़े घरे चल गली खां तो जाना भर गली खां तो नवी खां कहते साढ़े घरे चल जाना भर गली खां तो मेरा कहने का मतलब है जो गोहा आता तो दसवें पातशाह मणि सिंह के भरा कहते कहते डाइया कहते घोड़ा ना दे कहना बाबा जी की गल है कहते घोड़ा नहीं सुनिया पिंड च भाई जरा दसवें पातशाह पढ़ा तो वह बच्चा बच्चा मर जो इनी गल सुनी भाई मणि सिंह का भरा हथ बद के कहना महाराज जी जे थोड़ी खातर साडा बच्चा बच्चा शहीद हो जाए कोई एदू भी भागा वाला हो इनू कहते कबीर मोहे मरने का ते फिर एहजा समा आया भाई मणि सिंह होना के बारह भरावान चो ग्यारह शहीद हो इनू कहते रखे सही जे मुखड़ बड़न
ਕਹਿੰਦੇ ਅਸੀਂ ਹੁਣੇ ਭਾਈ ਸੰਤ ਸਿੰਘ ਨੂੰ ਕਹਿੰਦੇ ਮਹਾਰਾਜ ਕਹਿੰਦੇ ਸੰਤ ਸਿੰਘ ਜੀ ਕਹਿੰਦਾ ਹਾਂ ਮਹਾਰਾਜ ਕਹਿੰਦੇ ਵੀ ਦਿਨ ਚੜ ਤੈਨੂੰ ਨਾ ਸਰੀਰ ਟੁਕੜੇ ਟੁਕੜੇ ਹੋਣਾ ਕਹਿੰਦਾ ਸੱਚੇ ਪਾਤਸ਼ਾਹ ਇੱਕ ਗੱਲ ਚੇਤੇ ਰੱਖਿਓ ਮੇਰੇ ਤੇ ਤੁਸੀਂ ਰੱਖਿਓ ਕਿਰਪਾ ਤੇ ਪੜਿਆ ਕਰਦੇ ਗੱਜ ਵੱਜ ਕੇ ਬੋਲਿਓ ਇੱਕ ਧਰਤੀ ਸ਼ਹੀਦਾਂ ਦੀ ਕਿਹੜਾ ਜੰਮਿਆ ਜੋ ਮਾਰ महाराज जी कदों लग जे इनी गल कही तो दसवें पातशाह ने 1.25 लाख की कणगी ला के भाई संगत सिंह के सर ते रख तोड़ा लाता ऐ सजाता जो भाई संगत सिंह ने सजाता ना ते भाई दया सिंह जी भाई करम सिंह जी भाई मान सिंह जी तकते हैं ते दसवें पातशाह कणगी जगह सजा के ते नाले परकरमिया कर ते नाले कहन भाई दया सिंह जी ओ पंथ बसे मैं उजड़ा मेरे मन निशानी की है उन्हां दी निशानी खालसा पाहे नखालस जानो ता मैं भेदना रंज जिहदे विच भोरा भी रला ना हो किहे जिहा सीन होणा दसवें पातशाह चमकौर की गड़ी चो निकल रहे है सारी जानुआ ताड़ियां मारियां नगारे बज रहे है ते महाराज कहिंदे भाई दया सिंह जी भाई धर्म सिंह जी हां महाराज जे कहिंदे कोई चमकौर की गड़ी चो बचिया ना आ तारे की सेध ना निकले चमकौर की गड़ी चो मेरा पग डंडी पग डंडी का मतलब है जिथों के बंदे तो लंघे ही जाए तो सारा झाड़ी सी आ जंगल सी ਅਜੋ ਗੁਰਦੁਆਰਾ ਦਾ ਨਾਮ ਝਾੜ ਸਾਹਿਬ ਨਾ ਜਿਹਦਾ ਆਪਾਂ ਚਮਕੌਰ ਤੋਂ ਕਹਾ ਹੁੰਦੇ ਹਾਂ ਇਹ ਸੰਤ ਪਿਆਰਾ ਸੋਹਣਾ ਨੇ ਬਣਾਇਆ ਵੀ ਹੈ ਸੰਤ ਪਿਆਰਾ ਸੋਹਣਾ ਨੇ ਕਤਲਗੜ੍ਹ ਦੀ ਨਿਉਂ ਰਖਾਈ ਸੰਤ ਪਿਆਰਾ ਸੋਹਣਾ ਨੇ ਲੋਕੋ ਵਾਲੇ ਸੰਤਾਂ ਤੋਂ ਕਰ 40-45 ਸਾਲ ਹੋ ਗਏ ਉਹਨੇ ਮੇਰਾ ਕਹਿਣ ਦਾ ਮਤਲਬ ਸੰਤ ਪਿਆਰਾ ਸੋਹਣੀ ਮੁਸਕਾਨੀ ਕਰਤੀ ਸੀ ਉਹਨਾਂ ਨੇ ਉਹਨਾਂ ਨੇ ਦਮਦਮਾ ਸਾਹਿਬ ਹੋਰ ਗੁਰਦੁਆਰੇ ਦੀ ਬਹੁਤ ਸੇਵਾ ਕਰਾਈ ਤੇ ਸਾਰਾ ਜੰਗਲ ਸੀ ਮਾਲਵੇ ਦੀ ਧਰਤੀ ਸਾਰੀ ਜੰਗਲੀ ਸੀ ਇਹ ਦਸਵੇਂ ਪਾਤਸ਼ਾਹ ਦੇ ਭਾਗ ਲਾਏ ਪਏ ਆ
ਅੱਜ ਜਦੋਂ ਦਿਨ ਦੇ ਆਏ ਸ਼ਮੀਰ ਨੂੰ ਇੰਨੇ ਮਾਰ ਦਿੱਤੇ ਮਾਲਵੇ ਦੀ ਧਰਤੀ ਨੂੰ ਭਾਗ ਲਾਤੇ 10 ਮਿੰਟ ਪਾਛਾ ਮੇਰਾ ਮਤਲਬ ਚਮਕੌਰ ਦੀ ਗੜੀ ਤੋਂ ਨਿਕਲੇ 10 ਮਿੰਟ ਪਾਛਾ ਕਿਹੇ ਜਿਹਾ ਸੀਨ ਹੋਣਾ ਹੈ ਦਸਵੇਂ ਪਾਤਸ਼ਾਹ ਨੂੰ ਬਾਜਾ ਵਾਲਾ ਕਹਿੰਦੇ ਆ ਦਸਵੇਂ ਪਾਤਸ਼ਾਹ ਨੂੰ ਕਲਗੀ ਵਾਲਾ ਕਹਿੰਦੇ ਆ ਕਲਗੀ ਦਾ ਰਾਜੇ ਵੀ ਲਾਉਂਦੇ ਸੀ ਕਿਸੇ ਰਾਜੇ ਨੂੰ ਕੋਈ ਕਲਗੀ ਵਾਲਾ ਨਹੀਂ ਕਹਿੰਦੇ ਬਾਅਦ ਸ਼ਿਕਾਰੀ ਵੀ ਰੱਖਦੇ ਸੀ ਕਿਸੇ ਨੂੰ ਸ਼ਿਕਾਰੀ ਨੂੰ ਬਾਜਾ ਵਾਲਾ ਨਹੀਂ ਕਹਿੰਦੇ ਘੋੜੇ ਅਮੀਰ ਬੰਦੇ ਰੱਖਦੇ ਸੀ ਕਿਸੇ ਨੂੰ ਨੀਲੇ ਘੋੜੇ ਵਾਲਾ ਨਹੀਂ ਕਹਿੰਦਾ ਦਸਵੇਂ ਪਾਤਸ਼ਾਹ ਨੂੰ ਕਿੰਨੇ ਸਰਕਾਰ ਨਾ ਉਹ ਦਸਵੇਂ ਪਾਤਸ਼ਾਹ ਨੰਗੇ ਚਰਨੀ ਕਿਹੋ ਜਿਹਾ ਸੀਨ ਹੋਣਾ ਗੁਲਾਬੇ ਤੇ ਪੰਜਾਬੇ ਦੇ ਖੂਹ ਤੇ ਪਹੁੰਚ ਗਏ ਗੁਲਾਬੇ ਤੇ ਪੰਜਾਬੇ ਦੇ ਖੂਹ ਤੇ ਪਹੁੰਚੇ ਆ ਟੰਡ ਸਰਾਣੇ ਰੱਖੀ ਆ ਤੇ ਤਿੰਨ ਸਿੰਘ ਭਾਲਦੇ ਬਿਜਲੀ ਗੜਕਦੀ ਆ ਬੱਦਲ ਗੱਜਦਾ ਕੜੀਆਂ ਪੈਂਦੀਆਂ ਠੱਕਾ ਵਗਦਾ ਤੇ ਦਸਵੇਂ ਪਾਤਸ਼ਾਹ ਦੇ ਜਦੋਂ ਆਣ ਕੇ ਦਰਸ਼ਨ ਕੀਤੇ ਕਹਿੰਦੇ ਸੱਚੇ ਪਾਤਸ਼ਾਹ ਸੱਚੀ ਗੱਲ ਹੈ ਜਿੰਨਾ ਚਿਰ ਤੁਹਾਡੇ ਦਰਸ਼ਨ ਨਹੀਂ ਨਾ ਹੋਏ ਸਾਨੂੰ ਤਾਂ ਇਉਂ ਲੱਗਦਾ ਸੀ ਸਾਡੀ ਜਾਨ ਨਿਕਲਦੀ ਹੈ ਨੀਤੀ ਵਾਲਾ ਕਹਿੰਦਾ ਕਹਿੰਦਾ ਇੱਕ ਵਿਛੜਤ ਪ੍ਰਾਣ ਹਿੱਤ ਨਹੀਂ ਕਹਿੰਦਾ ਮਹਾਰਾਜ ਜੀ ਇੱਕ ਦੇ ਵਿਛੋੜੇ ਦਾ ਏਡਾ ਵੱਡਾ ਦੁੱਖ ਹੈ ਜਿਵੇਂ ਕਿ ਸਾਡੀ ਤਾਂ ਤੁਹਾਡੇ ਪਿੰਡ ਜਾਨ ਹੀ ਨਿਕਲਦੀ ਸੀ ਉਮਰ ਉਹ ਜੋ ਲੇਖੇ ਦੇ ਵਿੱਚ ਜੋ ਜਾਦ ਸਾਈ ਵਿੱਚ ਗੁਜਰੇ ਪੈਂਦੀ ਗੁਜਰੇ ਨਹੀਂ ਤੇ ਸਾਨੂੰ ਹਾਸਲ ਕੀਏ ਵਿੱਚ ਇਸ ਨੀਲੇ ਗੁਜਰੇ ਸ਼ਾਮ ਦੇ ਗੁਜਰੇ ਸੱਚੇ ਪਾਤਸ਼ਾਹ ਸਾਡੀ ਤਾਂ ਤੁਹਾਡੇ ਪਿੰਡ ਜਾਨ ਨਿਕਲਦੀ ਜਾਵੇ ਵਿਛੋੜਾ ਸੁਣੇ ਦੁੱਖ ਬਿਨ ਡਿੱਠੇ ਮਰਿਓ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਜਿਸ ਪਿਆਰੇ ਸੁਣੇ ਹੋ ਤਸ ਅੱਗੇ ਮਰ ਚੱਲਿਆ ਤ੍ਰਗ ਜੀਵਨ ਸੰਸਾਰ ਮਹਾਰਾਜ ਜੀ ਹਜੇ ਬਚਨ ਬੁਲਾ ਸੁਣਦੇ ਤੇ ਦਸਵੇਂ ਪਾਤਸ਼ਾਹ ਨੇ ਗੁਲਾਬੇ ਤੇ ਪੰਜਾਬੇ ਦੇ ਖੂਹ ਦੇ ਉੱਤੇ ਜਲ ਵਰਤਿਆ ਖਿਆਲ ਪਾਤਸ਼ਾਹ ਦਸਵੇਂ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤਦ ਮੇਰੇ ਰੋਗ ਰਜਾਈਆਂ ਦਾ ਉੱਡਣ ਨਾਗ ਨਿਵਾਸਾਂ ਦੇ ਰਹਿਣਾ ਫੂਲ ਸਲਾਈ ਖੰਜਰ ਪਿਆ ਦਾ ਬੈਂਕ ਕਿਸਾਨਾਂ ਦਾ ਸਹਿਣਾ ਚਾਲੜੇ ਦਾ ਸਾਨੂੰ ਸੁੱਤਰ ਚੰਗਾ ਪੱਟ ਖੇਡਿਆਂ ਦਾ ਰਹਿਣਾ ਤੇ ਗੁਲਾਬੇ ਤੇ ਪੰਜਾਬੇ ਦੇ ਬਾਗ ਦਾ ਮੰਨ ਹੀ ਆ ਗਿਆ ਹੁਣ ਦੇਖਿਆ ਜਾ ਕੇ ਗੁਲਾਬੇ ਨੂੰ ਤੇ ਪੰਜਾਬੇ ਨੂੰ ਕਹਿੰਦਾ ਗੁਲਾਬਿਆ ਤੇ ਪੰਜਾਬਿਆ ਆਪਣੇ ਖੂਹ ਤੇ ਕੱਛ ਵਾਲਾ ਗੁਰੂ ਆਇਆ ਪਿਆ ਆਪਣੇ ਖੂਹ ਤੇ ਤਾਂ ਉਹ ਆ ਕੇ ਘਰੇ ਲੈ ਗਏ ਜਦੋਂ ਘਰੇ ਲਗਾ ਉਹਨਾਂ ਨੇ ਘੋਆ ਸੁਣ ਲਿਆ ਵੀ ਜਿਹੜਾ ਦਸਵੇਂ ਪਾਤਸ਼ਾਹ ਨੂੰ ਪੜਾ ਦੋ ਉਹਦਾ ਬੱਚਾ ਮਰ ਗਿਆ ਦੋਨੇ ਭਰਾ ਡਰ ਗਏ ਕਹਿੰਦੇ ਦਸਵੇਂ ਪਾਤਸ਼ਾਹ ਨੂੰ ਤੋੜ ਦੇਵੇ ਉਹ ਕਹਿੰਦੇ ਜੇ ਦਸਵੇਂ ਪਾਤਸ਼ਾਹ ਨੂੰ ਕਿਹਾ ਵੀ ਤੂੰ ਚਲੇ ਜਾਓ ਨਾ ਉਹਦੇ ਨਾਲ ਨਾ ਸਿੰਘ ਹੈ ਉਸ ਵੇਲੇ ਦਸਵੇਂ ਪਾਤਸ਼ਾਹ ਦੇ ਨਾਲ ਸਾਧ ਸੰਗਤ ਉਸ ਵੇਲੇ ਮਹਾਰਾਜ ਦੇ ਨਾਲ ਭਾਈ ਜਾ ਸਿੰਘ ਜੀ ਭਾਈ ਕਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਉਦੋਂ ਤਿੰਨ ਸਿੰਘ ਸਨ ਉਹ ਕਹਿੰਦੇ ਤਿੰਨ ਸਿੰਘ ਹੈ ਉਹਨਾਂ ਦੇ ਮੌਤ ਦੇ ਖੱਫੜ ਬੰਨਿਆ ਤੁਹਾਨੂੰ ਆਪਾਂ ਨੂੰ ਵੀ ਕਤਲ ਕਰ ਦਿਆਂਗੇ ਉਹ ਕਹਿੰਦੇ ਆਏ ਨੀ ਤੋਰੀ ਦਾ ਹੁੰਦਾ ਇਹ ਜਿਹੜੇ ਪੀਰ ਫਕੀਰ ਹੁੰਦੇ ਆ ਨਾ ਕਹਿੰਦੇ ਸਰੋਪਾ ਮੱਥਾ ਦੇਖਦੇ ਆਪ ਹੀ ਸਮਝ ਜਾਂਦੇ ਵੀ ਤੋੜਦੇ ਉਹ ਸਰੋਪਾ ਲੜਿਆ ਤਾਂ ਗਣੀਖਾ ਮਿਲ ਗਿਆ ਕਹਿੰਦਾ ਗਣੀਖਾ ਕਿੱਦਾਂ ਦਲਾਪਿਆ ਕਹਿੰਦਾ ਸੁਣਿਆ ਦਸਵੇਂ ਪਾਤਸ਼ਾਹ ਤੇ ਮਾਛੂਵਾੜੇ ਚ ਆਇਆ ਗੁਲਾਬਾਂ ਨੇ ਮੂੰਹ ਤੇ ਉਂਗਲ ਰੱਖ ਲਈ ਕਹਿੰਦਾ ਦਸਵੇਂ ਪਾਤਸ਼ਾਹ ਦਾ ਨਾਂ ਲੈਣਾ ਮੌਤ ਨੂੰ ਸੁਨੇਹਾ ਲੋ ਇੰਨੀ ਗੱਲ ਕਹੀ ਤੇ ਗਣੀਖਾਂ ਕਹਿੰਦਾ ਉਹ ਹੁਣ ਮਰਨ ਤੋਂ ਡਰਦਾ ਤੁਸੀਂ ਤਾਂ ਗੁਰੂ ਘਰ ਦੇ ਮਸੰਦ ਸੀ ਹੁਣ ਤੂੰ ਮਰਨ ਤੋਂ ਡਰਦਾ ਦਸਵੇਂ ਪਾਤਸ਼ਾਹ ਦਾ ਨਾਮ ਨਹੀਂ ਲੈ ਕੇ ਉਹ ਕਹਿੰਦਾ ਸੱਚੀ ਗੱਲ ਤੈਨੂੰ ਦੱਸਾਂ ਮੈਂ ਦਸਵੇਂ ਪਾਤਸ਼ਾਹ ਨੂੰ ਭਾਲਦਾ ਦਸਵੇਂ ਪਾਤਸ਼ਾਹ ਦੀ ਖਾਤਰ ਅਸੀਂ ਸਿਰ ਦੇਣ ਨੂੰ ਤਿਆਰ ਮੁਸਲਮਾਨ ਕਹਿੰਦਾ ਉਹ ਕਹਿੰਦਾ ਵੀ ਸਾਡੇ ਘਰੇ ਆ ਦਸਵੇਂ ਪਾਤਸ਼ਾਹ ਬੈਠੇ ਆ ਜਾਂ ਲੈ ਜਾ ਘਰ ਨੂੰ ਆਪਦੇ ਦੋਨੇ ਭਰਾ ਕੇ ਗਣੀ ਖਾਂ ਤੇ ਨਵੀ ਖਾਂ ਜਦੋਂ ਦਸਵੇਂ ਪਾਤਸ਼ਾਹ ਨੂੰ ਕਹਿੰਦੇ ਮਹਾਰਾਜ ਛੇਤੀ ਕਰੋ ਕਹਿੰਦੇ ਡਰਿਆ ਦਾ ਵੀ ਬੰਦਾ ਫੜਾ ਦਿੰਦਾ ਹੁੰਦਾ ਇਹ ਤਾਂ ਇੱਕ ਬਾਬਾ ਨਿਰਮਲ ਸਿੰਘ ਵਰਗੇ ਆ ਜਿਹੜੇ ਦਲੇਰ ਹੁਣ ਨਹੀਂ ਤਾਂ ਮੈਂ ਦੇਖਿਆ ਉਹਨਾਂ ਸਮਿਆਂ 'ਚ ਵੀ ਪਹਿਲਾਂ ਵੜਕਾ ਮਾਰੀ ਜਾਣੀਆਂ ਫਿਰ ਗੌਰਮੈਂਟ ਉਹਨਾਂ ਵੱਲ ਜਾਣਾ ਫਿਰ ਦੂਜੇ ਪਾਸੇ ਹੋ ਜਾਣਾ ਇਹ ਇੱਕ ਬਾਬਾ ਨਿਰਮਲ ਸਿੰਘ ਮੈਂ ਦੇਖਿਆ ਜਿਹਨਾਂ ਜਿਹੜੇ ਬਚਨ ਦੇ ਸੂਰ ਵੀਰ ਬਚਨ ਕੇ ਬਣੇ ਮੇਰਾ ਕਹਿਣ ਦਾ ਮਤਲਬ ਹੈ ਜਦੋਂ ਗਣੀ ਖਾਂ ਤੇ ਨਵੀ ਖਾਂ ਗਏ ਤੇ ਦਸਵੇਂ ਪਾਤਸ਼ਾਹ ਨੂੰ ਕਹਿੰਦੇ ਮਹਾਰਾਜ ਛੇਤੀ ਕਰੋ ਗੁਲਾਬਾਂ ਤੇ ਪੰਜਾਬਾਂ ਡਰੇ ਬੈਠੇ ਆ ਫੜਾ ਨਾ ਦੇਣ ਤੇ ਮਹਾਰਾਜ ਹੱਸ ਪਏ ਮੁਸ਼ਕਰਾ ਕੇ ਕਹਿੰਦੇ ਉਹ ਗਣੀ ਖਾਂ ਉਹ ਨਵੀ ਖਾਂ ਕਹਿੰਦੇ ਮੈਂ ਗੁਲਾਬੇ ਤੇ ਪੰਜਾਬੇ ਕੋਲੇ ਦੜ ਕੱਟਣ ਨਹੀਂ ਆਇਆ ਬਈ ਮੈਂ ਦੜ ਕੱਟਣ ਆਇਆ ਕਹਿੰਦੇ ਮੈਂ ਤਾਂ ਇੱਥੇ ਪ੍ਰੇਮ ਦਾ ਬੰਦਾ ਆਇਆ ਮੈਂ ਕਹਿੰਦੇ ਬਾਬਾ ਜੀ ਪ੍ਰੇਮ ਕਿਹਦੇ ਨਾਲ ਪ੍ਰੇਮ ਹੈ ਕਹਿੰਦੇ ਇੱਥੇ ਮਾਈ ਖਤਰਾਣੀ ਹੈ ਨਿਹਾਲੇ ਦੀ ਮਾਂ ਜਿਵੇਂ ਕਹਿੰਦੇ ਭਾਗ ਭਰੀ ਮਾਈ ਕਸ਼ਮੀਰ ਚ ਛੇਵੇਂ ਪਾਤਸ਼ਾਹ ਨੂੰ ਚੇਤੇ ਕਰਦੀ ਸੀ ਕੱਪੜਾ ਤਿਆਰ ਕੀਤਾ ਕਹਿੰਦੇ ਉਹ ਮਾਈ ਨੇ ਮੈਨੂੰ ਪ੍ਰੇਮ ਨਾਲ ਬੰਨਿਆ ਪਿਆ ਮੈਂ ਉਹ ਤੋਂ ਕੱਪੜਾ ਲੈਣ ਆਇਆ
ਉਹਨਾਂ ਚਿਰ ਉਹਨੇ ਸਰੀਰ ਨਹੀਂ ਛੱਡਣਾ ਜਿੰਨਾ ਚਿਰ ਮੈਂ ਉਹਦੇ ਕੱਪੜੇ ਨਹੀਂ ਲੈਣਾ। ਆ ਗਏ ਗਣੀ ਖਾਨ ਤੇ ਨਵੀ ਖਾਨ ਦੇ ਘਰੇ। ਦਸਵੇਂ ਪਾਤਸ਼ਾਹ ਕਹਿੰਦੇ ਜਾ ਵੀ ਲਿਆ ਮਾਈ ਨੂੰ ਬੁਲਾ ਕੇ ਗਣੀ ਖਾਨ। ਮਾਈ ਆਈ ਜਦੋਂ ਦਸਵੇਂ ਪਾਤਸ਼ਾਹ ਨੂੰ ਕੱਪੜਾ ਭੇਟਾ ਕੀਤਾ ਤੇ ਸਰੀਰ ਇਉਂ ਸੜਕਾ ਜਿਵੇਂ ਬਾਣੀ ਦੀ ਪੰਗਤੀ ਸੂਰਜ ਕਿਰਨ ਮਿਲੀ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ। ਇਹ ਆ ਗੁਰਮੁਖਾਂ ਦੀ ਨਿਸ਼ਾਨੀ ਤੇ ਸੰਤ ਜਿਹੜੇ ਹੁੰਦੇ ਆ ਨਾ ਇਹ ਧਰਮ ਦੇ ਥੰਮ ਹੁੰਦੇ। ਇੱਕ ਮਿੰਟ ਤੇ ਮੈਂ ਸਮਾਪਤੀ ਕਰਾਂ। ਸੰਤ ਬਾਬਾ ਆਤਮ ਸਿੰਘ ਜੀ ਚੜ੍ਹਾਈ ਕਰਕੇ ਮਸਤੂਆਣੇ ਵਾਲੇ ਸੰਤ ਬਾਬਾ ਆਤਮ ਸਿੰਘ ਜੀ ਮਸਤੂਆਣੇ ਨਾਲ ਚੜ੍ਹਾਈ ਕੀਤੀ ਤੇ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਕਥਾ ਕਰਨ ਸੰਤ ਬਾਬਾ ਆਤਮ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਦੇ ਦਸਹਿਰੇ ਤੇ ਰੇਰੂ ਸਾਹਿਬ ਵਾਲੇ ਸੰਤਾਂ ਨੇ ਨਾ ਪਹਿਲਾਂ ਸਰੀਰ ਛੱਡਿਆ। ਜਦੋਂ ਕਥਾ ਕਰਨ ਸੰਤ ਬਾਬਾ ਸੁੰਦਰ ਸਿੰਘ ਜੀ ਤੇ ਸੇਵਾਦਾਰ ਪਤਾ ਦੱਸਣ ਗਏ ਮਹਾਂਪੁਰਖ ਬਾਬਾ ਆਤਮ ਸਿੰਘ ਜੀ ਚੜ੍ਹਾਈ ਕਰ ਗਏ ਮਸਤੂਆਣੇ ਵਾਲੇ। ਜਦੋਂ ਸੰਤਾਂ ਨੂੰ ਕਥਾ ਕਰਦਿਆਂ ਨੂੰ ਪਰਚੀ ਫੜਾਈ ਪਹਿਲੀ ਗੱਲ ਤਾਂ 10 ਮਿੰਟ ਸੰਤਾਂ ਦੀ ਕਥਾ ਬੰਦ ਹੋ ਗਈ ਨੇਤਰ ਸਦਰ ਹੋ ਗਏ ਬਾਬਾ ਸੁੰਦਰ ਸਿੰਘ ਜੀ ਦੇ। ਅਖੀਰ ਨੂੰ ਜਦੋਂ ਮਹਾਂਪੁਰਖਾਂ ਨੇ ਵੱਡਾ ਸਾਰਾ ਹੌਕਾ ਲੈ ਕੇ ਕਹਿੰਦੇ ਭਾਈ ਬਾਬਾ ਆਤਮ ਸਿੰਘ ਨਹੀਂ ਗਏ ਤੁਸੀਂ ਇਉਂ ਸਮਝੋ ਵੀ ਅੱਜ ਧਰਮ ਦਾ ਥੰਮ ਡਿੱਗ ਗਿਆ। ਇਹਨੂੰ ਕਹਿੰਦੇ ਸੰਤ। ਇਸੇ ਤਰ੍ਹਾਂ ਮਹਾਂਪੁਰਖਾਂ ਦੀ ਯਾਦ ਚ ਆਪਾਂ ਇਕੱਠੇ ਹੋਇਆ ਲੋਕ ਸੁਖੀਏ ਔਰ ਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਆਉਣ ਵਾਲਾ ਸਮਾਂ ਸਰਵਣ ਕਰੀਏ। ਬੇਨਤੀ ਹੈ ਮਹਾਂਪੁਰਖਾਂ ਨੇ ਹੁਕਮ ਕੀਤਾ ਸੀ ਬਾਬਾ ਇੰਦਰਜੀਤ ਸਿੰਘ ਜੀ ਹੋਰਾਂ ਨੇ ਬਾਬਾ ਇਕਬਾਲ ਸਿੰਘ ਜੀ ਹੋਰਾਂ ਨੇ ਹੁਕਮ ਕੀਤਾ ਤੇ ਮੇਰੇ ਵਰਗੇ ਬੰਦੇ ਦੀ ਵੀ ਹਾਜ਼ਰੀ ਲੱਗ ਗਈ। ਇਹ ਵੀ ਵੱਡੇ ਭਾਗਾਂ ਦੀ ਨਿਸ਼ਾਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਮੈਂ ਧੰਨਵਾਦ ਜਿਉਂ ਕਹਿਣਾ ਸੰਤ ਬਾਬਾ ਅਵਤਾਰ ਸਿੰਘ ਜੀ। ਅੱਜ ਤੋਂ ਪਹਿਲਾਂ ਆਪਾਂ 20 ਸਾਲ ਜਿਹੜਾ ਪਹਿਲਾਂ ਕੀਰਤਨ ਸੁਣਦੇ ਸਾਂ ਉਦੋਂ ਵੀ ਵੱਧ ਰਸ ਆਇਆ। ਬੜੀ ਕਿਰਪਾ ਹੋਈ, ਬੜੀ ਰਹਿਮਤ ਹੋਈ ਸਤਿਗੁਰਾਂ ਦੀ। ਅਤੇ ਅੱਜ ਆਪਣੇ ਦਰਬਾਰ ਬਾਬਾ ਜੀ ਨੂੰ ਬੇਨਤੀ ਹੈ ਕਿ ਬਾਬਾ ਜਗਤਾਰ ਸਿੰਘ ਜੀ ਕਾਲੇ ਵਾਲੇ ਉਹਨਾਂ ਨੂੰ ਸਰੂਪ ਦੇਣ ਔਰ ਬਾਬਾ ਅਮਨਦੀਪ ਸਿੰਘ ਜੀ ਉਹਨਾਂ ਨੂੰ ਸਰੂਪ ਦੇਣ। ਬੇਨਤੀ ਹੈ ਕਿ ਸਰੂਪ ਉਹਨਾਂ ਦੇਣ। ਬਾਬਾ ਇੰਦਰਜੀਤ ਸਿੰਘ ਜੀ ਰੱਤੀਏ ਵਾਲੇ ਉਹਨਾਂ ਨੂੰ ਸਰੂਪ ਦੇਣ ਔਰ ਸਾਰਿਆਂ ਨੂੰ ਬਾਬਾ ਜੀ ਸਰੂਪ ਦੇਣ। ਸੋ ਨਿਰਾਲ ਸਤਿ ਸ੍ਰੀ ਅਕਾਲ। ਹਾਂਜੀ ਬਾਬਾ ਜਗਤਾਰ ਸਿੰਘ ਨੂੰ ਸਰੂਪ ਧਰਨ। ਕਿੰਨੇ ਮੈਕ ਲੱਗਣਾ ਵੀਰੇ? ਸਤਿ ਸ੍ਰੀ ਅਕਾਲ ਬਾਬਾ ਅਮਨਦੀਪ ਸਿੰਘ ਜੀ ਨੂੰ।